हिंदी अते पंजाबी सिनेमा दे कलाकार अज भाजपा विच शामिल होंगे। अदाकारा माही गिल, पंजाबी अदाकार होबी धालीवाल समेत कुछ होर लोग भारतीय जनता पार्टी विच शामिल होंगे। इस नूं लैके एक खास प्रोग्राम करवाया जा रहा है जिस विच भाजपा दे चोन इंचार्ज अते केंद्रीय मंत्री गजेंद्र शेखावत, पंजाब इंचार्ज दुष्यंत गौतम, हरियाणा दे मुख मंत्री मनोहर लाल मौजूद रहेंगे। यह प्रोग्राम वजो पार्टी विच दफ्तर विच होवेगा। तुहानू एक बारी फिर दस दिंदे आ कि हिंदी अते पंजाबी सिनेमा दे मशहूर कलाकार अज भाजपा विच शामिल होणगे। अदाकारा माही गिल, पंजाबी अदाकार होबी धालीवाल समेत कुछ होर लोग भारतीय जनता पार्टी विच शामिल होणगे। इस नूं लैके एक खास प्रोग्राम करवाया जा रहा है जिस विच भाजपा दे चोन इंचार्ज अते केंद्रीय मंत्री गजेंद्र शेखावत, पंजाब इंचार्ज दुष्यंत गौतम, हरियाणा दे मुख मंत्री मनोहर लाल मौजूद रहेंगे। यह प्रोग्राम पार्टी दफ्तर विच होवेगा। अदाकार होबी धालीवाल अते माही गिल अज भाजपा विच शामिल होणगे। इस सब नूं लैके गल करदे हां साडे सियासी मामलियां दे माहिर पवनदीप शर्मा नाल। जी शर्मा जी, फिल्मी कलाकारां वल्लों भाजपा विच शामिल होण ते तुहाडा की कहना है? देखो, भारतीय जनता पार्टी जिहड़ी आ उह स्टार पावर नूं जिहड़ा पंजाब दे विच अपने विच लिआउणा चाहुंदी आ और पार्टी दे विच ऐड अप करना चाहुंदी आ, जिहदे तहत अदाकारा माही गिल जिहड़े आ उह भारतीय जनता पार्टी नूं जॉइन कर रहे ने और होबी धालीवाल भी भारतीय जनता पार्टी नूं जॉइन कर रहे हैगे ने। और इन्हां कलाकारां दी पंजाब दे विच बहुत सारी फैन फॉलोइंग हैगी है। पर असीं पिछले समय तों देखदे आ रहे हां कि जिहड़े कलाकार वख-वख पार्टियां दे विच जॉइन करदे ने, पहलां उहदे फलस्वरूप जिहड़ा उह उस तरां दे काम प्रैक्टिकली लोकां दे विच कर नहीं पाउंदे, उन्ने सक्सैसफुल नहीं हो पाउंदे। जे उह हो भी पाउंदे ने ਤੇ ਉਹਨਾਂ ਦਾ ਵਿਰੋਧ ਜਾਂ ਬਹੁਤ ਸਾਰੀਆਂ ਗੱਲਾਂ ਏਦਾਂ ਦੀਆਂ, ਕਦੀ ਗੁੰਮਸ਼ੁਦਗੀ ਦੇ ਪੋਸਟਰ ਲੱਗਦੇ ਨੇ, ਚਾਹੇ ਉਹ ਸਨੀ ਦਿਓਲ ਦੀ ਗੱਲ ਹੋਵੇ, ਚਾਹੇ ਨਵਜੋਤ ਸਿੰਘ ਸਿੱਧੂ ਹੋਣਾਂ ਦੀ ਵੀ ਗੱਲ ਹੋਵੇ, ਵੱਖ ਵੱਖ ਹਲਕਿਆਂ ਦੇ ਵਿੱਚ ਜਦੋਂ ਉਹਨਾਂ ਨੂੰ ਚੋਣਾਂ 'ਚ ਉਤਾਰਿਆ ਜਾਂਦਾ, ਜਦੋਂ ਜਿੱਤ ਪ੍ਰਾਪਤ ਕਰਦੇ ਨੇ ਤੇ ਫਿਰ ਹਲਕਿਆਂ ਵੱਲ ਉਹ ਆਪਣੇ ਮੂੰਹ ਨਹੀਂ ਕਰਦੇ, ਆਮ ਜਨਤਾ ਤੋਂ ਦੂਰੀ ਬਣਾ ਕੇ ਰੱਖ ਲੈਂਦੇ ਨੇ। ਔਰ ਰਾਜਨੀਤੀ ਵਿੱਚ ਜਿਹੜਾ ਸਮਾਜਿਕ ਔਰ ਸਿਆਸੀ ਤਜਰਬਾ ਹੋਣਾ ਇਹ ਬਹੁਤ ਲਾਜ਼ਮੀ ਹੈਗਾ, ਤਾਂ ਹੀ ਅਸੀਂ ਜਿਹੜਾ ਰਾਜਨੀਤੀ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਸਕਦੇ ਹੈਗੇ ਆ, ਲੋਕਾਂ ਦੇ ਦੁੱਖ ਸੁੱਖ ਨੂੰ ਦਰਦ ਨੂੰ ਸਮਝ ਸਕਦੇ ਹੈਗੇ ਆ। ਪਰ ਜਿਹੜੀ ਸਟਾਰ ਪਾਵਰ ਹੁੰਦੀ ਆ, ਇੱਕ ਦਰਸ਼ਨੀ ਘੋੜਾ ਜਿਹਨੂੰ ਅਸੀਂ ਕਹਿ ਸਕਦੇ ਹਾਂ, ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ, ਉਹਨਾਂ ਕੋਲੋਂ ਪ੍ਰਚਾਰ ਪ੍ਰਸਾਰ ਕਰਾਉਣ ਵਾਸਤੇ ਇੱਦਾਂ ਦੇ ਕਲਾਕਾਰਾਂ ਨੂੰ ਔਰ ਸੈਲੀਬ੍ਰਿਟੀਜ਼ ਨੂੰ ਜਿਹੜਾ ਉਹ ਪਾਰਟੀਆਂ ਦੇ ਵਿੱਚ ਵੱਖੋ ਵੱਖ ਸਮੇਂ ਦੇ ਵਿੱਚ ਐਡ ਕੀਤਾ ਜਾਂਦਾ। ਔਰ ਪਾਰਟੀਆਂ ਵੀ ਕਈ ਵਾਰੀ ਯੂਜ਼ ਐਂਡ ਥਰੋ ਵਾਲੀ ਪਾਲਿਸੀ ਕਰਦੀਆਂ ਹੈਗੀਆਂ, ਜਦੋਂ ਕਲਾਕਾਰਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਫਿਲਮੀ ਕਰੀਅਰ ਹੈਗਾ ਜਾਂ ਹੋਰ ਵੀ ਟੀਵੀ ਦਾ ਕੋਈ ਕਰੀਅਰ ਹੈਗਾ, ਉਹ ਡਾਊਨਫਾਲ ਤੇ ਹੁੰਦਾ ਜਾਂ ਲਗਭਗ ਉਹ ਖਤਮ ਹੋ ਚੁੱਕਿਆ ਹੁੰਦਾ, ਤੇ ਉਦੋਂ ਫਿਰ ਉਹ ਰਾਜਨੀਤੀ ਵੱਲ ਜਿਹੜਾ ਆਪਣਾ ਅਗਲਾ ਰੁਖ ਕਰ ਲੈਂਦੇ ਹੈਗੇ ਆ ਕਿ ਉਹ ਚਾਹੁੰਦੇ ਨੇ ਕਿ ਉਹ ਵੀ ਆਪਣੇ ਕਰੀਅਰ ਕਿਤੇ ਦੂਸਰੇ ਕਰੀਅਰ ਦੀ ਚੁਣਾਵ ਕਰਕੇ ਉੱਥੋਂ ਸਕਸੈਸਫੁਲ ਹੋ ਸਕਣ। ਔਰ ਮਾਹੀ ਗਿੱਲ ਹੋਣਾ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਵੇਂ ਕਹਿਣਾ ਵੀ ਹੈ ਕਿ ਉਹਨਾਂ ਦਾ ਇੱਕ ਦੋਸਤ ਸੀ, ਉਹਦੇ ਵਾਸਤੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਸੀ, ਕਾਂਗਰਸ ਕੈਂਡੀਡੇਟ ਸੀ, ਔਰ ਇਸ ਸਮੇਂ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਜੁਆਇਨ ਕਰ ਰਹੇ ਹੈਗੇ ਨੇ। ਉਹਨਾਂ ਨੇ ਪਹਿਲਾਂ ਤੇ ਕਿਹਾ ਸੀ ਕਿ ਉਹਨਾਂ ਦਾ ਕੋਈ ਪੋਲਿਟਿਕਸ ਜਿਹੜਾ ਉਹ ਜੁਆਇਨ ਕਰਨ ਦਾ ਅਜੇ ਤੱਕ ਕੋਈ ਪਲਾਨ ਹੈਗਾ ਨਹੀਂ ਹੈ, ਪਰ ਇਸ ਕਰਕੇ ਹੁਣ ਉਹ ਪੋਸੀਬਿਲਿਟੀ ਜਿਹੜੀ ਰੂਲ ਆਊਟ ਹੋ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਅੱਜ ਉਹ ਜੁਆਇਨ ਕਰ ਰਹੇ ਹੈਗੇ ਆ। ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਆ ਉਹਦੇ ਵਿੱਚ ਉਹਦੇ ਲਈ ਪੰਜਾਬ ਵਿੱਚ ਆਪਣੇ ਪੈਰ ਪਸਾਰਨੇ ਇਹ ਬਹੁਤ ਇੱਕ ਔਖਾ ਕੰਮ, ਉਹਨਾਂ ਦੀ ਸਥਿਤੀ ਅਜੇ ਤੱਕ ਬਣੀ ਹੋਈ ਹੈ। ਇਸ ਕਰਕੇ ਇਸ ਤਰ੍ਹਾਂ ਦੇ ਸੈਲੀਬ੍ਰਿਟੀਜ਼ ਦੀ ਸਹਾਇਤਾ ਲੈਣਾ, ਇਸ ਤਰ੍ਹਾਂ ਉਹਨਾਂ ਦੀ ਫੈਨ ਫੋਲੋਇੰਗ ਨੂੰ ਬਣਾਉਣਾ ਕਿਸ ਵੀ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣੇ ਪੈਰ ਜਮਾਉਣੇ ਜਿਹੜੇ ਹੈਗੇ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਜਿਹੇ ਟੈਕਟਿਕਸ ਹੁੰਦੇ ਆ, ਇਹ ਸਟ੍ਰੈਟਜੀ ਹੁੰਦੀ ਆ, ਤੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜੇ ਜਿਹੜੇ ਸੈਲੀਬ੍ਰਿਟੀਜ਼ ਲੋਕਾਂ ਦੇ ਵਿੱਚ ਲਿਆਂਦੇ ਜਾਂਦੇ ਇਹਨਾਂ ਪਾਰਟੀਆਂ ਵੱਲੋਂ ਪ੍ਰਚਾਰ ਪ੍ਰਚਾਰ ਵਾਸਤੇ ਜਾਂ ਫਿਰ ਚੋਣ ਜਿੱਤ ਕੇ ਇਲੈਕਸ਼ਨਾਂ ਵਾਸਤੇ ਕੈਂਡੀਡੇਟ ਬਣਾਉਣ ਵਾਸਤੇ, ਵਿਧਾਨ ਘਰ ਬਣਾਉਣ ਵਾਸਤੇ ਜਾਂ ਮੈਂਬਰ ਪਾਰਲੀਮੈਂਟ ਬਣਾਉਣ ਵਾਸਤੇ, ਇਹ ਆਮ ਲੋਕਾਂ ਲਈ ਕਿੰਨੇ ਸਹਾਈ, ਕਿੰਨੇ ਸੁਖਾਵੇਂ ਔਰ ਕਿੰਨੇ ਚੰਗੇ ਜਿਹੜੇ ਆ ਬਣ ਕੇ ਉੱਭਰਦੇ ਨੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ ਜੀ ਪਵਨ ਜੀ, ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਦੀਆਂ ਨਵੀਆਂ ਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰੋ।